ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਲੈ ਕੇ ਹਾਜ਼ਰ ਹਾਂ ਅੱਜ ਦੀ ਨਵੀਂ ਕਹਾਣੀ। ਕਹਾਣੀਕਾਰ ਨੇ ਜੀ ਗੁਰਮੇਲ ਬਿਰੋਕੇ। ਮੈਂ ਛੋਟੀ ਹੁੰਦੀ ਤੀਤਲੀਆਂ ਦੇ ਮਗਰ ਬਹੁਤ ਭੱਜਦੀ ਸੀ, ਉਹਨਾਂ ਨੂੰ ਫੜਨਾ ਚਾਹੁੰਦੀ ਸੀ। ਮੇਰੇ ਅੰਦਰਲੀ ਸੋਝੀ ਮੈਨੂੰ ਰੋਕਦੀ। ਸੋਝੀ ਕਹਿੰਦੀ, ਨਾ ਅੜੀਏ, ਇਹ ਮਰ ਜਾਣਗੀਆਂ। ਪਰ ਮਨ ਕੁਝ ਹੋਰ ਕਹਿੰਦਾ, ਫੜ ਲੈ ਫੜ ਲੈ, ਲੈ ਨਜ਼ਾਰੇ ਜ਼ਿੰਦਗੀ ਦੇ, ਮਰਨਾ ਤਾਂ ਇੱਕ ਦਿਨ ਸਾਰਿਆਂ ਨੇ ਹੀ ਆ। ਮੈਂ ਆਪਣੇ ਮਨ ਨੂੰ ਧੱਕੇ ਨਾਲ ਰੋਕ ਲੈਂਦੀ ਅਤੇ ਹੋਰ ਪਾਸੇ ਮੋੜ ਲੈਂਦੀ। ਹੁਣ ਮੈਂ ਵੱਡੀ ਹੋ ਗਈ। ਮੈਂ ਹਰ ਚੀਜ਼ ਨੂੰ, ਹਰ ਵਸਤ ਨੂੰ ਅਤੇ ਹਰ ਜੀਵ ਨੂੰ ਆਸਾਨੀ ਨਾਲ ਖਤਮ ਕਰ ਦਿੰਦੀ ਹਾਂ, ਅਤੇ ਮੇਰੀ ਸੋਝੀ ਵੀ ਹੁਣ ਮੇਰੇ ਮਨ ਨਾਲ ਰਲ ਗਈ। ਮੇਰਾ ਮਨ ਪੂਰਾ ਤਾਕਤਵਰ ਹੈ, ਆਪਣੀ ਮਰਜ਼ੀ ਕਰਦਾ। ਫਰੇਜ਼ਰ ਦਰਿਆ ਦਾ ਕੰਢਾ ਸੀ ਅਤੇ ਪਹਾੜਾਂ ਦੀ ਗੋਦ। ਖਿੜੀ ਹੋਈ ਦੁਪਹਿਰ ਅਤੇ ਗਰਮੀ ਦਾ ਮਹੀਨਾ ਸੀ। ਮਿੰਨੀ ਮਿੰਨੀ ਪੱਛਮ ਵੱਲੋਂ ਪੌਣ ਵਗਦੀ ਸੀ। ਮੇਰੇ ਪੈਰ ਭਾਣੇ ਵਿੱਚ ਸਨ, ਪਰ ਮੇਰਾ ਮਨ ਚੁੱਪ ਸੀ। ਮੇਰੇ ਸਾਹਮਣੇ ਖੜ੍ਹੇ ਹਾਈਡਰੇਜ਼ੀਆ ਦੇ ਇੱਕ ਖਾਸ ਕਿਸਮ ਦੇ ਫੁੱਲਾਂ ਲੱਦੇ ਬੂਟੇ ਵੱਲ ਚਲੀ ਗਈ। ਮੇਰੀ ਸੋਝੀ ਕਹਿਣ ਲੱਗੀ ਕਿ ਮਨੁੱਖ ਦਾ ਮਨ ਇਸ ਪੌਦੇ ਵਰਗਾ ਹੈ, ਜਿਹੜਾ ਸਮੇਂ ਸਮੇਂ 'ਤੇ ਰੰਗ ਬਦਲਦਾ ਰਹਿੰਦਾ। ਇਹ ਪੌਦਾ ਵੀ ਮਿੱਟੀ ਦੀ ਖਾਰੀ ਅਤੇ ਤੇਜ਼ਾਬੀ ਤਾਸੀਰ ਮੁਤਾਬਕ ਆਪਣੇ ਫੁੱਲਾਂ ਦਾ ਰੰਗ ਬਦਲਦਾ ਰਹਿੰਦਾ। ਹੁਣ ਇਹ ਲਾਲ ਫੁੱਲਾਂ ਨਾਲ ਇੰਜ ਲੱਦਿਆ ਖੜ੍ਹਾ ਜਿਵੇਂ ਮੁਕਲਾਵੇ ਜਾਣ ਵਾਲੀ ਮੁਟਿਆਰ ਸਜੀ ਸਵਰੀ ਖੜ੍ਹੀ ਹੋਵੇ। ਜੇ ਮੀਂਹ ਪੈ ਗਿਆ ਤਾਂ ਹੋ ਸਕਦਾ ਕੁਝ ਦਿਨਾਂ ਤੱਕ ਫੁੱਲਾਂ ਦਾ ਰੰਗ ਪਿਆਜੀ ਜਾਂ ਬੈਂਗਣੀ ਜਾਂ ਨੀਲਾ ਹੋ ਜਾਵੇ। ਅੱਜ ਮਨ 'ਚ ਕੋਈ ਉਦਾਸੀ ਦਾ ਰੰਗ ਸੀ, ਉਸੇ ਮਨ ਵਿੱਚ ਜਿਹੜਾ ਆਪਣੇ ਆਪ ਨੂੰ ਤਾਕਤਵਰ ਸਮਝਦਾ ਸੀ। ਉਦਾਸੀ ਦੇ ਰੰਗ ਵਿੱਚ ਰਾਤ ਦੇ ਗੈਰ ਕੁਦਰਤੀ ਰੰਗ ਵਾਲੀਆਂ ਗੱਲਾਂ ਘੁਲ ਰਹੀਆਂ ਸਨ। ਰਾਤ ਜੋ ਵਾਪਰਿਆ ਸੀ, ਇਹ ਕੋਈ ਪਹਿਲੀ ਵਾਰ ਨਹੀਂ ਸੀ ਵਾਪਰਿਆ। ਪਹਿਲਾਂ ਵੀ ਬਹੁਤ ਵਾਰ ਇਹ ਕਰ ਚੁੱਕੀ ਸੀ। ਉਹ ਇੱਕ ਕੁੜੀ ਸੀ ਜਿਸ ਨਾਲ ਮੈਂ ਸੋ ਜਾਂਦੀ ਸੀ। ਉਹਦੇ ਸਾਰੇ ਅੰਗ ਮੇਰੇ ਵਰਗੇ ਹੀ ਸਨ, ਪਰ ਫਿਰ ਵੀ ਉਹ ਮੇਰੇ ਸਰੀਰ ਨੂੰ ਮੁੰਡਿਆਂ ਵਾਂਗ ਵਰਤਦੀ ਸੀ। ਮੈਂ ਇਸ ਤਰ੍ਹਾਂ ਕਿਉਂ ਹੋ ਗਈ ਸੀ? ਕਿਉਂ ਉਸ ਕੁੜੀ ਨਾਲ ਇਹ ਕਰਦੀ ਸੀ? ਮੇਰੀ ਮੰਮੀ ਨੇ ਮੇਰੇ ਨਾਨਕਿਆਂ ਨੂੰ ਕਨੇਡਾ ਬੁਲਾਉਣ ਵਾਸਤੇ ਸਪੌਂਸਰ ਕੀਤਾ ਹੋਇਆ ਸੀ। ਮੇਰੀ ਨਾਨੀ ਦੇ ਨਾਲ ਮੇਰੀ ਮਾਸੀ ਅਤੇ ਮਾਮੇ ਨੇ ਵੀ ਆਉਣਾ ਸੀ। ਮੇਰਾ ਨਾਨਾ ਮੇਰੀ ਮੰਮੀ ਦੇ ਵਿਆਹ ਤੋਂ ਪਹਿਲਾਂ ਹੀ ਰੱਬ ਨੂੰ ਪਿਆਰੇ ਹੋ ਗਏ ਸੀ, ਅਤੇ ਮਾਮਾ ਅਤੇ ਮਾਸੀ ਹਾਲੇ ਪੜ੍ਹਦੇ ਸੀ। ਉਹ ਮੇਰੀ ਨਾਨੀ ਨਾਲ ਕਨੇਡਾ ਆ ਸਕਦੇ ਸਨ। ਮੈਨੂੰ ਮੇਰੀ ਮੰਮੀ ਨੇ ਇੱਕ ਦਿਨ ਸਵੇਰੇ ਹੀ ਜਗਾ ਲਿਆ, ਸੋਹਣੇ ਕੱਪੜੇ ਵੀ ਪਵਾ ਦਿੱਤੇ। ਮੈਂ ਪੁੱਛਿਆ, ਮੰਮੀ ਕਿੱਥੇ ਚੱਲੇ ਹਾਂ ਆਪਾਂ? ਉਹ ਦੱਸਣ ਲੱਗੀ, ਅੱਜ ਤੇਰੀ ਨਾਨੀ, ਮਾਸੀ ਅਤੇ ਮਾਮਾ ਆ ਰਹੇ ਨੇ, ਆਪਾਂ ਏਅਰਪੋਰਟ ਚੱਲੇ ਹਾਂ ਉਹਨਾਂ ਨੂੰ ਲੈਣ ਲਈ। ਮੇਰੇ ਡੈਡੀ ਨੇ ਕਿਸੇ ਦੀ ਵੱਡੀ ਵੈਨ ਮੰਗੀ ਅਤੇ ਅਸੀਂ ਚਲੇ ਗਏ ਉਹਨਾਂ ਨੂੰ ਲੈਣ ਹਵਾਈ ਅੱਡੇ 'ਤੇ। ਮੇਰੀ ਮਾਂ ਨੇ ਮੇਰੇ ਨਾਨਕਿਆਂ ਦੇ ਸਵਾਗਤ ਲਈ ਢੋਲ ਵਾਲੇ ਦਾ ਪ੍ਰਬੰਧ ਵੀ ਕੀਤਾ। ਅਸੀਂ ਫੁੱਲਾਂ ਦੇ ਗੁਲਦਸਤੇ ਵੀ ਲੈ ਕੇ ਗਏ ਸੀ। ਮੇਰੇ ਨਾਨਕੇ ਕਨੇਡਾ ਆ ਉਤਰੇ, ਮੇਰੀ ਮੰਮੀ ਨੂੰ ਗੋਡੇ ਗੋਡੇ ਚਾਹ ਚੜ੍ਹ ਗਿਆ। ਸਾਡਾ ਘਰ ਹੁਣ ਭਰਿਆ ਭਰਿਆ ਲੱਗਣ ਲੱਗਿਆ ਸੀ।
ਕਈ ਦਿਨਾਂ ਤੱਕ ਮਿਲਣ ਵਾਲੇ ਆਉਂਦੇ ਰਹੇ। ਅਸੀਂ ਵੀ ਬਹੁਤ ਸਾਰੇ ਘਰਾਂ ਵਿੱਚ ਜਾਂਦੇ ਰਹੇ। ਹੌਲੀ ਹੌਲੀ ਮੇਰੇ ਨਾਨਕਿਆਂ ਦੀ ਗੱਡੀ ਕੰਮ ਵੱਲ ਰੁੜ ਪਈ। ਜਦ ਮੇਰੀ ਛੋਟੀ ਭੈਣ ਦਾ ਜਨਮ ਹੋਇਆ ਤਾਂ ਮੇਰੀ ਨਾਨੀ ਕਈ ਦਿਨ ਰੋਂਦੀ ਰਹੀ ਅਤੇ ਛੋਟੀ ਨੂੰ ਪਰਾਂ ਸੁੱਟਦੀ ਰਹੀ। ਮੇਰੀ ਮਾਂ ਨੇ ਵੀ ਅਣਮੰਨੇ ਜੇ ਮਨ ਨਾਲ ਛੋਟੀ ਦੀ ਦੇਖਭਾਲ ਕੀਤੀ ਸੀ। ਬਹੁਤਾ ਪਾਲਣ ਪੋਸ਼ਣ ਮੇਰੇ ਪਾਪਾ ਨੇ ਹੀ ਕੀਤਾ। ਉਹ ਰਾਤਾਂ ਨੂੰ ਉੱਠ ਉੱਠ ਕੇ ਚੁੰਗਣੀ ਨਾਲ ਦੁੱਧ ਪਿਲਾਉਂਦਾ ਰਿਹਾ। ਜਿਵੇਂ ਜਿਵੇਂ ਛੋਟੀ ਵੱਡੀ ਹੁੰਦੀ ਗਈ ਤਾਂ ਮੇਰੀ ਨਾਨੀ ਮੇਰੇ ਡੈਡੀ ਦੇ ਵਿਰੋਧ ਹੁੰਦੀ ਗਈ। ਉਹ ਛੋਟੀ ਛੋਟੀ ਗੱਲ 'ਤੇ ਮੇਰੇ ਮੰਮੀ ਡੈਡੀ ਨੂੰ ਆਪਸ ਵਿੱਚ ਲੜਾ ਦਿੰਦੀ। ਜਦ ਡੈਡੀ ਸਾਡੇ ਨਾਲ ਗੱਲਾਂ ਕਰਦਾ ਉਸ ਵਕਤ ਮੇਰੀ ਨਾਨੀ ਅੰਦਰੋਂ ਅੰਦਰ ਪਤਾ ਨਹੀਂ ਕਿਉਂ ਕੁੜਦੀ ਰਹਿੰਦੀ ਸੀ। ਕਈ ਵਾਰ ਤਾਂ ਆਵਾਜ਼ ਵੀ ਕੱਢਦੀ। ਹੂੰ, ਮੇਰੇ ਡੈਡੀ ਦੇ ਕੰਮ 'ਤੇ ਜਾਣ ਤੋਂ ਬਾਅਦ ਮੇਰੀ ਮਾਸੀ ਅਤੇ ਨਾਨੀ ਉਹਦੇ ਵਿਰੋਧ ਬਹੁਤ ਅਵਾ-ਤਵਾ ਬੋਲਦੀਆਂ। ਕਈ ਵਾਰ ਤਾਂ ਉਹ ਸਾਨੂੰ ਦੋਹਾਂ ਭੈਣਾਂ ਨੂੰ ਵੀ ਕਹਿ ਦਿੰਦੀਆਂ, ਤੁਹਾਡਾ ਡੈਡੀ ਗੰਦਾ। ਛੋਟੀ ਜਦ ਤੋਤਲੀ ਜਿਹੀ ਆਵਾਜ਼ ਵਿੱਚ ਬੋਲਣ ਲੱਗ ਪਈ ਤਾਂ ਉਹ ਕਈ ਗੱਲਾਂ ਡੈਡੀ ਨੂੰ ਵੀ ਦੱਸ ਦਿੰਦੀ। ਫਿਰ ਘਰ ਵਿੱਚ ਕਲੇਸ਼ ਵੱਧ ਗਿਆ। ਇੱਕ ਦਿਨ ਡੈਡੀ ਕਹਿੰਦਾ, ਤੁਹਾਡੀ ਧੀ ਨੂੰ ਮੈਂ ਧੱਕੇ ਨਾਲ ਨਹੀਂ ਲੈ ਕੇ ਆਇਆ ਇੱਥੇ। ਤੁਸੀਂ ਮੇਰੀਆਂ ਮਿੰਨਤਾਂ ਕੀਤੀਆਂ ਸੀ। ਤੁਸੀਂ ਕਹਿੰਦੇ ਸੀ ਕਿ ਸਾਡਾ ਪਾਰ ਉਤਾਰਾ ਹੋਜੂ, ਸਾਡੇ ਛੋਟੇ ਨਿਆਣੇ ਇੱਧਰ ਮਗਰ ਕਨੇਡਾ ਪਹੁੰਚ ਜਾਣਗੇ। ਮੇਰਾ ਡੈਡੀ ਸਿੱਧਾ ਅਤੇ ਸਾਫ਼ ਬੰਦਾ ਸੀ। ਉਹ ਪੰਜਾਬੀ ਪੜ੍ਹ ਲਿਖ ਲੈਂਦਾ ਸੀ, ਥੋੜ੍ਹੀ ਥੋੜ੍ਹੀ ਅੰਗਰੇਜ਼ੀ ਵੀ ਜਾਣਦਾ ਸੀ। ਉਹ ਪੰਜਾਬ ਵਿੱਚ ਖੇਤੀ ਕਰਦਾ ਆਇਆ ਸੀ ਕਨੇਡਾ 'ਚ, ਅਤੇ ਖੇਤਾਂ 'ਚ ਨਰਸਰੀਆਂ 'ਤੇ ਜੌਬ ਕਰਦਾ ਰਿਹਾ। ਉਹ ਸਾਨੂੰ ਦੋਹਾਂ ਭੈਣਾਂ ਨੂੰ ਬਹੁਤ ਸਾਰੀਆਂ ਗੱਲਾਂ ਸੁਣਾਉਂਦਾ। ਉਹ ਦੱਸਦਾ ਹੁੰਦਾ ਸੀ ਕਿ ਅੱਜ ਮੈਂ ਕੀ ਕੀਤਾ, ਅੱਜ ਮੈਨੂੰ ਕੌਣ ਮਿਲਿਆ, ਅੱਜ ਕੌਣ ਕੀ ਕਹਿੰਦਾ ਸੀ, ਅੱਜ ਦੀਆਂ ਖਬਰਾਂ ਕੀ ਨੇ। ਬਹੁਤ ਵਾਰ ਉਹ ਸਾਡੇ ਪਿੰਡ ਦੀਆਂ ਗੱਲਾਂ ਵੀ ਛੇੜ ਲੈਂਦਾ ਅਤੇ ਸੁਣਾਉਂਦਾ ਰਹਿੰਦਾ। ਅਸੀਂ ਪਿੰਡ ਕਦੇ ਨਹੀਂ ਸੀ ਗਈਆਂ, ਪਰ ਡੈਡੀ ਨੇ ਗੱਲਾਂ ਨਾਲ ਹੀ ਸਾਨੂੰ ਪਿੰਡ ਦੇ ਅੱਧਿਓਂ ਵੱਧ ਲੋਕਾਂ ਨਾਲ ਮਿਲਾ ਦਿੱਤਾ ਸੀ। ਘਰ ਵਿੱਚ ਕੁੜੱਤਣ ਵੱਧਦੀ ਗਈ। ਹੌਲੀ ਹੌਲੀ ਮੇਰੀ ਮੰਮੀ ਨਾਨੀ ਦੇ ਮਗਰ ਲੱਗਣ ਲੱਗ ਪਈ, ਮੇਰੇ ਡੈਡੀ ਤੋਂ ਦੂਰ ਹੋਣ ਲੱਗ ਪਈ, ਫਿਰ ਅੱਡੋ ਅੱਡ ਸੌਣ ਲੱਗ ਪਏ। ਘਰ ਦਾ ਹਰ ਕੰਮ ਨਾਨੀ ਆਪਣੇ ਮੁਤਾਬਕ ਕਰਨ ਲੱਗ ਪਈ ਸੀ, ਜਾਂ ਇੰਜ ਕਹਿ ਲਓ ਕਿ ਘਰ ਦੀ ਗੱਡੀ ਦਾ ਸਟੇਅਰਿੰਗ ਮੇਰੀ ਨਾਨੀ ਨੇ ਆਪਣੇ ਹੱਥਾਂ ਵਿੱਚ ਫੜ ਲਿਆ ਸੀ। ਜੋ ਕੁਝ ਮੇਰਾ ਡੈਡੀ ਕਰਦਾ ਉਸ ਨੂੰ ਨਾਨੀ ਨਕਾਰ ਦਿੰਦੀ। ਕਈ ਵਾਰ ਤਾਂ ਉਹਦੀਆਂ ਲਿਆਂਦੀਆਂ ਚੀਜ਼ਾਂ ਵੀ ਕੂੜੇ ਵਿੱਚ ਸੁੱਟ ਦਿੰਦੀ। ਮੈਨੂੰ ਸਮਝ ਨਹੀਂ ਸੀ ਲੱਗਦੀ ਕਿ ਸਾਡੇ ਘਰ 'ਚ ਕੀ ਚੱਲ ਰਿਹਾ, ਮੰਮੀ ਰਾਤਾਂ ਨੂੰ ਕਿਉਂ ਰੋਂਦੀ ਰਹਿੰਦੀ ਹੈ, ਡੈਡੀ ਨਾਲ ਕਿਉਂ ਨਹੀਂ ਬੋਲਦੀ, ਨਾਨੀ ਦਾ ਹੁਕਮ ਘਰ ਵਿੱਚ ਕਿਉਂ ਚੱਲਦਾ। ਮੇਰਾ ਡੈਡੀ ਇੱਕ ਦਿਨ ਸ਼ਰਾਬ ਪੀ ਕੇ ਘਰ ਆ ਗਿਆ। ਨਾਨੀ ਨੇ ਉਸ ਨੂੰ ਬਹੁਤ ਗਾਲਾਂ ਕੱਢੀਆਂ ਅਤੇ ਕਹਿਣ ਲੱਗੀ, ਮੇਰੀ ਧੀ ਦੇ ਘਰੋਂ ਬਾਹਰ ਹੋ ਜਾ ਚੋਰਿਆ। ਉਸ ਰਾਤ ਉਹ ਗੈਰਾਜ ਵਿੱਚ ਸੋਇਆ। ਉਸ ਤੋਂ ਬਾਅਦ ਡੈਡੀ ਰਾਤ ਨੂੰ ਲੇਟ ਘਰ ਆਉਣ ਲੱਗ ਪਿਆ। ਅਸੀਂ ਦੋਹਾਂ ਭੈਣਾਂ ਸੋ ਜਾਂਦੀਆਂ। ਸਵੇਰ ਨੂੰ ਕਦੇ ਕਦੇ ਸਾਨੂੰ ਡੈਡੀ ਜਗਾਉਂਦਾ। ਉਂਝ ਛੁੱਟੀ ਵਾਲੇ ਦਿਨ ਉਹ ਸਾਨੂੰ ਨਾਲ ਹੀ ਰੱਖਦਾ ਸੀ। ਇੱਕ ਵਾਰ ਇਸ ਤਰ੍ਹਾਂ ਹੋਇਆ ਕਿ ਕਈ ਦਿਨ ਤੱਕ ਅਸੀਂ ਡੈਡੀ ਨੂੰ ਨਾ ਮਿਲੀਆਂ। ਪਤਾ ਨਹੀਂ ਉਹ ਰਾਤ ਨੂੰ ਕਦੋਂ ਆਉਂਦਾ ਸੀ, ਸਵੇਰੇ ਕਦੋਂ ਚਲਾ ਜਾਂਦਾ ਸੀ।
ਮੈਂ ਆਪਣੀ ਮਾਸੀ ਨੂੰ ਡੈਡੀ ਬਾਰੇ ਪੁੱਛਿਆ ਤਾਂ ਉਸਨੇ ਮੈਨੂੰ ਕੁੱਟਿਆ। ਰੋਂਦੀ ਰੋਂਦੀ ਮੈਂ ਸੋਚਦੀ ਰਹੀ ਕਿ ਕੀ ਹੋ ਗਿਆ। ਉਸ ਵਕਤ ਮੈਂ 7ਵੀਂ ਜਮਾਤ ਵਿੱਚ ਪੜ੍ਹਦੀ ਸੀ। ਸਕੂਲ ਵਿੱਚ ਸਾਡੇ ਗੁਆਂਢਣ ਨੇ ਮੈਨੂੰ ਦੱਸਿਆ ਕਿ ਤੇਰਾ ਡੈਡੀ ਪੁਲਿਸ ਨੇ ਫੜ ਲਿਆ ਸੀ। ਇਹ ਸਭ ਕੁਝ ਸਾਡੇ ਸੁੱਤੀਆਂ ਪਈਆਂ ਤੋਂ ਹੀ ਵਾਪਰਿਆ। ਪਤਾ ਲੱਗਾ ਕਿ ਰੋਜ਼ ਵਾਂਗ ਮੇਰਾ ਡੈਡੀ ਘਰ ਵੜਿਆ। ਪਹਿਲਾਂ ਬਣਾਈ ਹੋਈ ਸਕੀਮ ਮੁਤਾਬਕ ਮਾਸੀ ਨੇ ਮੇਰੇ ਡੈਡੀ ਨੂੰ ਬਾਹਾਂ ਵਿੱਚ ਘੁੱਟ ਲਿਆ। ਮੇਰਾ ਡੈਡੀ ਆਪਣੇ ਆਪ ਨੂੰ ਛੁਡਾਉਣ ਲੱਗਾ ਅਤੇ ਉਹ ਕਹਿਣ ਲੱਗੀ, ਆ ਜਾ ਬੁੱਲੇ ਲੁੱਟ ਲੈ ਜੀਜਾ। ਸ਼ਾਇਦ ਮੇਰਾ ਡੈਡੀ ਗੱਲ ਸਮਝਦਾ ਸੀ। ਉਹ ਛੁਡਾ ਕੇ ਬਾਹਰ ਨਿਕਲਣ ਲੱਗਿਆ ਤਾਂ ਤਿੰਨਾਂ ਔਰਤਾਂ ਨੇ ਫੜ ਲਿਆ। ਉਹ ਸ਼ਰਾਬੀ ਸੀ, ਡਿੱਗ ਪਿਆ। ਮਾਸੀ ਨੇ ਆਪਣੇ ਉੱਪਰ ਦੇ ਕੱਪੜੇ ਉਤਾਰ ਲਏ ਅਤੇ ਬੈਠ ਗਈ। ਪੁਲਿਸ ਨੂੰ ਬੁਲਾ ਕੇ ਮੇਰੇ ਡੈਡੀ ਨੂੰ ਝੂਠਾ ਕੇਸ ਦਰਜ ਕਰਵਾ ਕੇ ਅੰਦਰ ਕਰ ਦਿੱਤਾ। ਮੈਂ ਘਰ ਦੇ ਹਾਲਾਤ ਬਾਰੇ ਹਰ ਵਕਤ ਸੋਚਦੀ ਰਹਿੰਦੀ। ਨਾਨੀ ਨੇ ਇੰਝ ਕਿਉਂ ਕੀਤਾ? ਮਾਸੀ ਨੂੰ ਕੀ ਮਿਲਿਆ? ਇਹ ਸਭ ਕਰਕੇ ਮੇਰੀ ਮਾਂ ਨੂੰ ਕੀ ਫਾਇਦਾ ਹੋਇਆ ਜਾਂ ਨੁਕਸਾਨ? ਇੱਕ ਵਸਦਾ ਰਸਤਾ ਘਰ ਉੱਜੜ ਗਿਆ ਸੀ। ਸਾਡਾ ਦੋਹਾਂ ਭੈਣਾਂ ਦਾ ਬਚਪਨ ਮਿਧਿਆ ਗਿਆ ਸੀ। ਮੈਂ ਸੋਚਣਾ ਕਿ ਛੋਟੀ ਤਾਂ ਹਲੇ ਕਈ ਗੱਲਾਂ ਤੋਂ ਅਣਜਾਣ ਆ। ਮੈਨੂੰ ਇਉਂ ਲੱਗਦਾ ਜਿਵੇਂ ਸਾਡੀ ਧੁੱਪ ਵਾਲੀ ਛਤਰੀ 'ਚ ਮੋਹਰੇ ਹੋ ਗਏ ਹੋਣ, ਸੁਰੱਖਿਆ ਵਾਲਾ ਕੰਬਲ ਪਾਟ ਗਿਆ ਹੋਵੇ, ਪਿਆਰ ਦੇ ਨਿੱਘ 'ਤੇ ਬਰਫ਼ ਪੈ ਰਹੀ ਹੋਵੇ। ਛੋਟੀ ਪਹਿਲਾਂ ਬਹੁਤ ਚੰਚਲ ਹੁੰਦੀ ਸੀ, ਬਹੁਤ ਬੇਪਰਵਾਹ, ਪਰ ਹੌਲੀ ਹੌਲੀ ਬਹੁਤ ਸਿਆਣੀ ਅਤੇ ਸੰਵੇਦਨਸ਼ੀਲ ਕੁੜੀ ਬਣ ਗਈ। ਮੇਰਾ ਸੁਭਾਅ ਬਹੁਤ ਸੰਗ ਵਾਲਾ ਹੋ ਗਿਆ, ਮੈਂ ਡਰਾਕਲ ਬਣ ਗਈ ਸੀ। ਸਕੂਲ ਵਿੱਚ ਮੈਂ ਬਹੁਤ ਗੱਲਾਂ ਦੇ ਪਿੱਛੇ ਰਹਿ ਗਈ। ਬਹੁਤ ਵਾਰ ਕਲਾਸ ਦੇ ਮੁੰਡੇ ਕੁੜੀਆਂ ਮੇਰਾ ਮਖੌਲ ਉਡਾਉਂਦੇ, ਕਿਉਂਕਿ ਮੈਂ ਬਹੁਤ ਹੀ ਮਾਮੂਲੀ ਸਵਾਲਾਂ ਦੇ ਜਵਾਬ ਵੀ ਗਲਤ ਦਿੰਦੀ ਸੀ। ਮੇਰਾ ਮਨ ਹਰ ਵਕਤ ਮੇਰੇ ਡੈਡੀ ਦੇ ਖਿਆਲਾਂ ਵਿੱਚ ਘੁੰਮਦਾ ਰਹਿੰਦਾ। ਭੈੜੇ ਭੈੜੇ ਸੁਪਨੇ ਆਉਂਦੇ, ਗੱਲ ਗੱਲ 'ਤੇ ਰੋਣਾ ਅਤੇ ਲੜਨਾ ਝਗੜਨਾ ਮੇਰੀ ਆਦਤ ਬਣ ਗਈ ਸੀ। ਮੈਂ ਆਪਣੇ ਨਿੱਕੇ ਨਿੱਕੇ ਫੈਸਲੇ ਲੈਣ ਤੋਂ ਵੀ ਡਰਦੀ ਸੀ। ਸਕੂਲ ਵਿੱਚ ਮੇਰਾ ਕੋਈ ਵੀ ਦੋਸਤ ਨਹੀਂ ਸੀ। ਜਿਸ ਦੇ ਵੀ ਨੇੜੇ ਹੋਣ ਦੀ ਕੋਸ਼ਿਸ਼ ਕਰਦੀ ਉਹ ਮੇਤੋਂ ਦੂਰ ਭੱਜਦਾ। ਇੱਕ ਸਾਡਾ ਗੁਆਂਢੀ ਮੁੰਡਾ ਮੇਰੇ ਨਾਲ ਸਕੂਲ ਜਾਂਦਾ ਹੁੰਦਾ ਸੀ। ਉਹ ਕਦੇ ਕਦਾਈ ਮੇਰਾ ਹਾਲ ਚਾਲ ਪੁੱਛ ਲੈਂਦਾ। ਉਹਦਾ ਗੋਰਾ ਨਿਛੋ ਚਿਹਰਾ ਅਤੇ ਹਰੇ ਰੰਗ ਦੀਆਂ ਅੱਖਾਂ ਮੈਨੂੰ ਬਹੁਤ ਸੋਹਣੀਆਂ ਲੱਗਦੀਆਂ ਸੀ। ਪਤਾ ਨਹੀਂ ਕਿਸ ਦਿਨ ਕਿਸ ਵੇਲੇ ਨਾਨੀ ਨੂੰ ਪਤਾ ਲੱਗ ਗਿਆ ਕਿ ਮੇਰੇ ਨਾਲ ਉਹ ਮੁੰਡਾ ਗੱਲਾਂ ਕਰ ਲੈਂਦਾ। ਇਸ ਕਾਰਨ ਨਾਨੀ ਡੈਣ ਦਾ ਰੂਪ ਧਾਰਨ ਕਰ ਗਈ, ਮੈਨੂੰ ਅੰਦਰ ਬੰਦ ਕਰਕੇ ਕੁੱਟਣ ਲੱਗ ਪਈ। ਮੈਂ ਹਾੜੇ ਕੱਢ ਕੱਢ ਕੇ ਆਪਣੀ ਜਾਨ ਬਚਾਈ ਸੀ। ਫਿਰ ਕਹਿਣ ਲੱਗੀ ਕਿ ਤੂੰ ਕੁੜੀ ਨੂੰ ਸਹੇਲੀ ਬਣਾ ਸਕਦੀ ਹੈ, ਮੁੰਡੇ ਨੂੰ ਨਹੀਂ। ਨਾਲ ਦੀ ਗਲੀ 'ਚੋਂ ਇੱਕ ਕੁੜੀ ਸਕੂਲ ਜਾਂਦੀ ਸੀ, ਮੇਰੇ ਨਾਲ ਰਲ ਜਾਂਦੀ। ਪਹਿਲਾਂ ਉਹ ਕਦੇ ਮੇਰੇ ਨਾਲ ਬੋਲੀ ਨਹੀਂ ਸੀ। ਇੱਕ ਦਿਨ ਮੈਨੂੰ ਲੱਗਿਆ ਜਿਵੇਂ ਉਹ ਘਰੋਂ ਰੋ ਕੇ ਆਈ ਹੋਵੇ। ਮੈਂ ਉਸਨੂੰ ਹੈਲੋ ਕਿਹਾ, ਉਹ ਸੱਚਮੁੱਚ ਰੋ ਪਈ। ਮੈਂ ਉਹਦੇ ਮੋਢੇ 'ਤੇ ਹੱਥ ਰੱਖਿਆ, ਗੱਲਾਂ ਬਾਤਾਂ ਕਰਕੇ ਚੁੱਪ ਕਰਵਾਇਆ। ਉਸ ਤੋਂ ਬਾਅਦ ਅਸੀਂ ਇਕੱਠੀਆਂ ਸਕੂਲ ਜਾਣ ਲੱਗ ਪਈਆਂ। ਉਹ ਕੁੜੀ ਜ਼ਿਆਦਾ ਚੁੱਪ ਹੀ ਰਹਿੰਦੀ ਸੀ, ਕਦੇ ਕਦੇ ਕੋਈ ਗੱਲ ਕਰਦੀ। ਦਿਨ ਲੰਘਦੇ ਗਏ,
ਮੈਨੂੰ ਮਹਿਸੂਸ ਹੋਇਆ ਜਿਵੇਂ ਮੇਰਾ ਅੰਦਰ ਖਾਲੀ ਹੈ, ਮੇਰੀ ਰੂਹ 'ਚ ਰਵਾਨਗੀ ਨਹੀਂ। ਜਦ ਮੈਂ ਹੱਸਣਾ ਖੇਡਣਾ ਚਾਹੁੰਦੀ ਹਾਂ ਤਾਂ ਮੇਰੇ ਅੰਦਰ ਕੋਈ ਸ਼ੈ ਮੇਰੇ ਚਾਵਾਂ ਵਾਲੇ ਰੰਗਾਂ ਨੂੰ ਮੇਟ ਦਿੰਦੀ ਆ। ਫਿਰ ਮੈਂ ਆਲੇ ਦੁਆਲੇ 'ਚ ਖੁਸ਼ੀ ਭਾਲਣ ਲੱਗ ਪਈ, ਇੰਟਰਨੈੱਟ ਨਾਲ ਦੋਸਤੀ ਕਰ ਲਈ, ਅਣਜਾਣ ਲੋਕਾਂ ਨਾਲ ਗੱਲਾਂ ਕਰਕੇ ਮਨ ਨੂੰ ਸਕੂਨ ਦੇਣ ਦੀ ਕੋਸ਼ਿਸ਼ ਕਰਦੀ। ਗੱਲਾਂ ਪਹਿਲਾਂ ਤਾਂ ਸਧਾਰਨ ਕਰਦੀ, ਫਿਰ ਪਤਾ ਨਹੀਂ ਉਹਨਾਂ ਗੱਲਾਂ ਵਿੱਚ ਕਾਮੁਕਤਾ ਭਰਨ ਲੱਗ ਗਈ ਸੀ। ਮੁੰਡਿਆਂ ਨਾਲ ਗੱਲਾਂ ਕਰਕੇ ਸਰੀਰ ਭਖਣ ਲੱਗ ਗਿਆ ਸੀ, ਠੰਡ ਦੀ ਲੋੜ ਮਹਿਸੂਸ ਹੋਣ ਲੱਗੀ, ਆਪਣੇ ਆਪ ਨਾਲ ਘਿਰਣਾ ਹੋਣ ਲੱਗੀ ਸੀ, ਨਫ਼ਰਤ ਹੋਣ ਲੱਗੀ ਸੀ ਅਤੇ ਰੋਣਾ ਆਉਂਦਾ ਸੀ। ਇੱਕ ਦੋ ਵਾਰ ਤਾਂ ਆਪਣੇ ਆਪ ਨੂੰ ਖਤਮ ਕਰਨ ਦੀ ਵੀ ਸੋਚੀ। ਮੇਰੀ ਕੋਈ ਸੁਣਨ ਵਾਲਾ ਹੈ ਹੀ ਨਹੀਂ ਸੀ, ਨਾ ਕਿਸੇ ਨੂੰ ਮੈਂ ਦੱਸ ਸਕਦੀ ਸੀ ਕਿ ਮੇਰੇ ਅੰਦਰ ਕੀ ਚੱਲ ਰਿਹਾ। ਮੇਰਾ ਦਿਲ ਹਰ ਪਲ ਟੁੱਟਦਾ ਸੀ, ਮੇਰੇ ਅੰਦਰ ਕੁਝ ਮੱਚ ਰਿਹਾ ਸੀ। ਮੈਂ 18 ਸਾਲਾਂ ਦੀ ਹੋਈ, ਮੇਰੀ ਨਾਨੀ ਮੇਰਾ ਵਿਆਹ ਆਪਣੀ ਮਰਜ਼ੀ ਦੇ ਮੁੰਡੇ ਨਾਲ ਭਾਰਤ ਵਿੱਚ ਕਰਨਾ ਚਾਹੁੰਦੀ ਸੀ। ਮੈਂ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੁੰਦੀ। ਉਹਨਾਂ ਦਿਨਾਂ ਵਿੱਚ ਨਾਲ ਦੀ ਗਲੀ ਵਾਲੀ ਕੁੜੀ ਘਰ ਛੱਡ ਕੇ ਨੇੜੇ ਸ਼ਹਿਰ ਰਹਿਣ ਲੱਗ ਪਈ। ਨਾਨੀ ਦੀਆਂ ਗੱਲਾਂ ਤੋਂ ਤੰਗ ਆ ਕੇ ਮੈਂ ਵੀ ਘਰ ਛੱਡ ਦਿੱਤਾ, ਉਸ ਕੁੜੀ ਨਾਲ ਰਹਿਣ ਲੱਗ ਪਈ। ਹੌਲੀ ਹੌਲੀ ਪਤਾ ਲੱਗਾ ਕਿ ਉਸ ਕੁੜੀ ਦੀ ਜ਼ਿੰਦਗੀ ਦੀ ਕਹਾਣੀ ਵੀ ਵਿੰਗ ਤੜਿੰਗੀ ਕੰਡਿਆਂ ਨਾਲ ਭਰੀ ਹੋਈ ਸੀ। ਉਹ ਗੋਰੀ ਮਾਂ ਦੀ ਧੀ ਸੀ ਅਤੇ ਬਾਪ ਉਹਦਾ ਪੰਜਾਬੀ ਸੀ। ਉਹ ਆਪਣੀ ਮਾਂ ਦੇ ਪੇਟ ਵਿੱਚ ਉਸ ਰਾਤ ਆ ਗਈ ਜਦ ਉਸ ਦੀ ਮਾਂ ਅਤੇ ਬਾਪ ਨੇ 12ਵੀਂ ਜਮਾਤ ਦੀ ਪਾਰਟੀ ਦਾ ਆਨੰਦ ਮਾਣਿਆ ਸੀ। ਉਹਦੀ ਮਾਂ ਗਰਭਪਾਤ ਕਰਵਾਉਣਾ ਚਾਹੁੰਦੀ ਸੀ, ਪਰ ਉਹਦੀ ਨਾਨੀ ਪਰਮਾਤਮਾ ਦੀਆਂ ਖੇਡਾਂ ਦੇ ਵਿਰੋਧ ਜਾਣ ਤੋਂ ਉਸ ਨੂੰ ਰੋਕਦੀ ਰਹੀ। ਆਖਰ ਉਹ ਜੰਮ ਗਈ। ਜਨਮ ਤੋਂ ਬਾਅਦ ਉਹਦੀ ਮਾਂ ਉਸ ਨੂੰ ਆਪਣੀ ਮਾਂ ਦੀ ਗੋਦ ਵਿੱਚ ਪਾ ਕੇ ਉਹਦੇ ਬਾਪ ਦਾ ਪਤਾ ਦੱਸ ਕੇ ਘਰੋਂ ਤੁਰ ਪਈ। ਕੁਝ ਸਮਾਂ ਉਹ ਆਪਣੀ ਨਾਨੀ ਦੀ ਗੋਦ ਵਿੱਚ ਰਹੀ, ਫਿਰ ਪਤਾ ਨਹੀਂ ਕਿਉਂ ਕਿਸ ਗੱਲੋਂ ਰੱਬ ਦੀ ਦਾਤ ਸਮਝਣ ਵਾਲੀ ਨਾਨੀ ਨੂੰ ਉਹ ਚੰਗੀ ਲੱਗਣੋਂ ਹਟ ਗਈ ਸੀ। ਨਾਨੀ ਆਪਣੀ ਦੋਹਤੀ ਨੂੰ ਟੋਕਰੀ ਵਿੱਚ ਪਾ ਕੇ ਇੱਕ ਚਿੱਠੀ ਸਮੇਤ ਉਹਦੇ ਬਾਪ ਦੇ ਬੂਹੇ ਅੱਗੇ ਰੱਖ ਆਈ। ਉਹਦੇ ਬਾਪ ਹੋਰੀ ਦੋ ਭਰਾ ਸਨ, ਉਹਦਾ ਬਾਪ ਵੱਡਾ ਸੀ। ਦੋਹੇ ਭਾਈ ਹਲੇ ਮਾਪਿਆਂ 'ਤੇ ਨਿਰਭਰ ਸਨ। ਦਾਦੇ ਦਾਦੀ ਨੇ ਪੋਤੀ ਨੂੰ ਇੱਕ ਬੋਝ ਸਮਝ ਕੇ ਪਾਲਣਾ ਸ਼ੁਰੂ ਕਰ ਦਿੱਤਾ। ਜਦ ਤੋਂ ਉਹਦੀ ਸੁਰਤ ਸੰਭਲੀ, ਉਹਦਾ ਚਾਚਾ ਉਸ ਨਾਲ ਸ਼ੋਸ਼ਣ ਕਰਦਾ ਆ ਰਿਹਾ ਸੀ। ਜਦ ਹੌਲੀ ਹੌਲੀ ਸਭ ਹੱਦਾਂ ਮੰਨੇ ਟੱਪ ਗਿਆ ਤਾਂ ਉਹ ਘਰੋਂ ਭੱਜ ਗਈ। ਅਸੀਂ ਇੱਕ ਦੂਜੀ ਦਾ ਦੁੱਖ ਸਮਝਦੀਆਂ ਸੀ, ਇੱਕ ਦੂਜੀ ਨਾਲ ਹਮਦਰਦੀ ਵੀ ਰੱਖਦੀਆਂ ਸੀ। ਇਸੇ ਕਰਕੇ ਛੇਤੀ ਸਾਡੀ ਸਾਂਝ ਸਹੇਲਪੁਣੇ ਵਿੱਚ ਬਦਲ ਗਈ। ਸਾਡੇ ਕੋਲ ਬਹੁਤਾ ਸਮਾਨ ਨਹੀਂ ਸੀ, ਸੌਣ ਲਈ ਇੱਕੋ ਬੈੱਡ ਸੀ। ਇੱਕ ਦਿਨ ਮੇਰੀ ਮੰਮੀ ਮੇਰੇ ਨਾਲ ਫੋਨ 'ਤੇ ਗੱਲ ਕਰਦੀ ਹੋਈ ਲੜ ਪਈ, ਮੇਰਾ ਰੋਣ ਨਿਕਲ ਗਿਆ। ਮੇਰੀ ਸਹੇਲੀ ਨੇ ਮੈਨੂੰ ਆਪਣੀ ਬੁੱਕਲ ਵਿੱਚ ਲੈ ਕੇ ਚੁੱਪ ਕਰਵਾਇਆ। ਪਤਾ ਨਹੀਂ ਉਹਦੇ ਇਸ ਬੁੱਕਲ ਵਿੱਚ ਕਿਹੋ ਜਿਹਾ ਮਨਮੋਹਕ ਨਿੱਕ ਸੀ ਜਿਸ ਵਿੱਚੋਂ ਮੈਨੂੰ ਬਹੁਤ ਆਨੰਦ ਆਇਆ। ਫਿਰ ਉਸ ਨਿੱਗ ਦਾ ਹੁਲਾਰਾ ਲੈਣ ਲਈ ਮੈਂ ਹਰ ਰੋਜ਼ ਉਹਦੀਆਂ ਬਾਹਾਂ ਵਿੱਚ ਜਾਣ ਲੱਗੀ। ਫਿਰ ਪਤਾ ਹੀ ਨਹੀਂ ਲੱਗਾ ਕਦੋਂ ਮੈਨੂੰ ਮਰਦਾਂ ਵਾਂਗ ਵਰਤਣ ਵੀ ਲੱਗ ਪਈ। ਮੇਰੇ ਮੰਮੀ ਡੈਡੀ ਦੇ ਪਿਛੋਕੜ ਦਾ ਮੈਨੂੰ ਹੁਣ ਪਤਾ ਲੱਗਾ।
ਹੁਣ ਮੈਂ ਸਮਝਣ ਯੋਗ ਹੋਈ ਹਾਂ ਕਿ ਮੇਰਾ ਡੈਡੀ ਪੰਜਾਬ ਵਿੱਚ ਦੁੱਖ ਤਕਲੀਫਾਂ ਝੱਲਦਾ ਹੋਇਆ ਕਨੇਡਾ ਆਇਆ ਸੀ। ਇੱਥੇ ਆ ਕੇ ਉਹਨੇ ਬਹੁਤ ਮਿਹਨਤ ਕੀਤੀ, ਬਹੁਤ ਕੁਝ ਬਣਾਇਆ ਸੀ। ਕਈ ਸਾਲਾਂ ਪਿੱਛੋਂ ਵਿਆਹ ਕਰਵਾਉਣ ਪੰਜਾਬ ਗਿਆ। ਮੇਰੇ ਨਾਨਕਿਆਂ ਨੇ ਮਿੰਨਤਾਂ ਕਰਕੇ ਮੇਰੀ ਮੰਮੀ ਦਾ ਰਿਸ਼ਤਾ ਮੇਰੇ ਡੈਡੀ ਨੂੰ ਕੀਤਾ ਸੀ। ਮੇਰਾ ਡੈਡੀ ਕਹਿੰਦਾ ਸੀ ਕਿ ਸਾਡਾ ਕੋਈ ਮੇਲ ਨਹੀਂ, ਪਰ ਮੇਰੀ ਨਾਨੀ ਨੇ ਤਰਲੇ ਕੀਤੇ ਕਿ ਸਾਊ, ਮੇਰੀ ਧੀ ਸਿਆਣੀ ਆ, ਇਹ ਸਾਡੇ ਘਰ ਦੇ ਹਾਲਾਤ ਸਮਝਦੀ ਆ। ਮੇਲ ਤਾਂ ਧੁਰੋਂ ਲਿਖੇ ਸੰਯੋਗ ਹੁੰਦੇ ਨੇ, ਰੱਬ ਲਿਖਦਾ। ਮੇਰਾ ਡੈਡੀ ਜਿਸ ਦਿਨ ਮੇਰੀ ਮੰਮੀ ਨੂੰ ਪਹਿਲੀ ਵਾਰ ਮਿਲਿਆ ਸੀ ਤਾਂ ਉਹ ਦੇਖਣ ਵਿੱਚ ਬਾਹਰੋਂ ਪੂਰੀ ਤਰ੍ਹਾਂ ਕੁਦਰਤੀ ਅਤੇ ਸੁਭਾਵਿਕ ਵਿਵਹਾਰ ਕਰ ਰਹੀ ਸੀ, ਪਰ ਸੱਚ ਤਾਂ ਇਹ ਸੀ ਕਿ ਮੇਰੀ ਮਾਂ ਨੇ ਮੇਰੇ ਪਿਤਾ ਨੂੰ ਦਿਲੋਂ ਸਵੀਕਾਰ ਨਹੀਂ ਸੀ ਕੀਤਾ, ਬਸ ਕਨੇਡਾ ਲਈ ਸਵੀਕਾਰ ਕੀਤਾ ਸੀ। ਮੇਰੇ ਮੰਮੀ ਡੈਡੀ ਦਾ ਵਿਆਹ ਹੋ ਗਿਆ, ਸਭ ਕੁਝ ਸੁੱਖੀ ਸਾਂਦੀ ਸਿਰੇ ਚੜ੍ਹ ਗਿਆ। ਮੇਰੀ ਮੰਮੀ ਕਨੇਡਾ ਆ ਗਏ, ਕੰਮ ਧੰਦਿਆਂ ਵਿੱਚ ਜੁੜ ਗਈ। ਕੁਝ ਸਮੇਂ ਮਗਰੋਂ ਮੈਂ ਆ ਗਈ। ਮੇਰਾ ਡੈਡੀ ਬਹੁਤ ਖੁਸ਼ ਹੋਇਆ, ਮੇਰੇ ਨਾਨੀ ਮੇਰੇ ਜੰਮਣ 'ਤੇ ਵੀ ਦੁਖੀ ਹੋਈ। ਕੁਝ ਸਾਲਾਂ ਮਗਰੋਂ ਮੇਰੇ ਦਾਦਾ ਦਾਦੀ ਕਨੇਡਾ ਆ ਗਏ। ਉਸ ਵੇਲੇ ਦੀ ਮੈਨੂੰ ਥੋੜ੍ਹੀ ਥੋੜ੍ਹੀ ਸੁਰਤ ਆ। ਜਦੋਂ ਇੱਥੇ ਆਏ ਤਾਂ ਮੇਰੀ ਮੰਮੀ ਮੇਰੇ ਡੈਡੀ ਨਾਲ ਗੱਲ ਗੱਲ 'ਤੇ ਲੜਨ ਲੱਗ ਪਈ ਸੀ, ਰੁੱਸਣ ਲੱਗ ਪਈ ਸੀ, ਘਰ ਦੇ ਮਾਹੌਲ ਵਿੱਚ ਕੁੜੱਤਣ ਆ ਗਈ ਸੀ। 6 ਕੁ ਮਹੀਨਿਆਂ 'ਚ ਮੇਰੇ ਦਾਦਾ ਦਾਦੀ ਸਭ ਸਮਝ ਗਏ ਸਨ। ਉਹ ਭਾਰਤ ਵਾਪਸ ਚਲੇ ਗਏ ਤਾਂ ਜੋ ਉਹਨਾਂ ਦੇ ਪੁੱਤ ਦਾ ਘਰ ਨਾ ਉਜੜ ਜਾਵੇ। ਇਹ ਗੱਲ ਮੇਰੀ ਦਾਦੀ ਨੇ ਮੈਨੂੰ ਹੁਣ ਇੱਕ ਦਿਨ ਫੋਨ 'ਤੇ ਦੱਸੀ ਸੀ। ਮੇਰੀ ਨਾਨੀ ਨੂੰ ਕਨੇਡਾ ਆ ਕੇ ਪਤਾ ਲੱਗਾ ਕਿ ਮੇਰੀ ਮੰਮੀ ਦੇ ਦੂਜਾ ਨਿਆਣਾ ਹੋਣ ਵਾਲਾ। ਮੇਰੀ ਨਾਨੀ ਕਹਿਣ ਲੱਗੀ, ਆਪਾਂ ਚੈੱਕ ਕਰਵਾਵਾਂਗੇ ਬਈ ਮੁੰਡਾ ਹੈ ਕਿ ਕੁੜੀ। ਬਾਰਡਰ ਤੋਂ ਪਾਰ ਜਾ ਕੇ ਚੈੱਕ ਕਰਵਾਇਆ। ਡਾਕਟਰ ਕਹਿਣ ਲੱਗਿਆ, ਕੁਝ ਨਹੀਂ ਹੋ ਸਕਦਾ, ਮਹੀਨੇ ਉੱਪਰ ਲੰਘ ਗਏ ਨੇ, ਇਸ ਤਰ੍ਹਾਂ ਕਰਨਾ ਬਹੁਤ ਖਤਰਨਾਕ ਹੋ ਸਕਦਾ। ਸੁਣ ਕੇ ਮੇਰੀ ਨਾਨੀ ਨੂੰ ਬਹੁਤ ਦੁੱਖ ਹੋਇਆ। ਇਹ ਗੱਲਾਂ ਮੇਰੀ ਨਾਨੀ ਦੇ ਮੂੰਹੋਂ ਮੈਂ ਕਈ ਵਾਰ ਸੁਣੀਆਂ ਸਨ। ਜਦੋਂ ਫੋਨ 'ਤੇ ਮੇਰੇ ਨਾਨਕਿਆਂ ਦੀ ਕਿਸੇ ਔਰਤ ਨਾਲ ਗੱਲਾਂ ਕਰਦੀ ਸੀ, ਕੀ ਮੁਕਾਬਲਾ ਮੇਰੀ ਧੀ ਦਾ ਅਤੇ ਉਸ ਬੁੱਜੜ ਜੱਟ ਨਾਲ, ਉਹ ਅਨਘੜ ਜਾਤੂ ਅਤੇ ਮੇਰੀ ਧੀ ਗੰਨੇ ਦੀ ਪੋਰੀ, ਅਸੀਂ ਤਾਂ ਕੁੜੀ ਨੂੰ ਖੂਹ 'ਚ ਧੱਕਾ ਦੇ ਬੈਠੇ। ਨਿੱਕੀ ਹੁੰਦੀ ਨੂੰ ਮੈਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਸੀ ਆਉਂਦੀ। ਹੁਣ ਪਤਾ ਚੱਲਦਾ ਕਿ ਮੇਰੀ ਨਾਨੀ ਮੇਰੀ ਮਾਂ ਦੇ ਮਗਰੋਂ ਮੇਰੇ ਬਾਪ ਨੂੰ ਲਾ ਕੇ ਕੋਈ ਸਿਓਨੇ ਵਰਗਾ ਗੱਭਰੂ ਪੰਜਾਬ ਤੋਂ ਲਿਆਉਣਾ ਚਾਹੁੰਦੀ ਸੀ। ਮੈਨੂੰ ਹੁਣ ਸਮਝ ਆਉਂਦਾ ਕਿ ਬੱਚਿਆਂ ਨੂੰ ਤਵੱਜੋ ਦੀ, ਧਿਆਨ ਦੀ, ਸਨੇਹ ਦੀ, ਲਾਡ ਦੀ, ਨਿੱਤ ਨਵੇਂ ਗਿਆਨ ਦੀ, ਸ਼ਾਂਤੀ ਦੀ ਅਤੇ ਮਾਪਿਆਂ ਦੀ ਇੱਕ ਸੂਰਤਾ ਦੀ ਬਹੁਤ ਜ਼ਰੂਰਤ ਹੁੰਦੀ ਆ। ਇਹਨਾਂ ਸਭ ਵੱਲੋਂ ਸਾਡਾ ਘਰ ਸੱਖਣਾ ਹੀ ਸੀ। ਸਾਨੂੰ ਦੋਹਾਂ ਭੈਣਾਂ ਨੂੰ ਇਹਨਾਂ ਸਭ ਗੱਲਾਂ ਦੀ ਘਾਟ ਰਹੀ। ਸਿਆਣੇ ਕਹਿੰਦੇ ਨੇ ਕਿ ਵੱਖ ਵੱਖ ਸੋਚਣ ਦਾ ਢੰਗ ਤਲਾਕ ਦਾ ਕਾਰਨ ਬਣਦਾ। ਇੱਕ ਦੂਜੇ ਦਾ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਕਰਨਾ ਵੀ ਇੱਕ ਕਾਰਨ ਹੈ। ਨਸ਼ੇ ਵੀ ਤਲਾਕ ਕਰਵਾਉਂਦੇ ਨੇ। ਪਤੀ ਪਤਨੀ ਵਿੱਚ ਕਿਸੇ ਇੱਕ ਦਾ ਧੋਖੇਬਾਜ਼ ਹੋਣਾ ਕਈ ਵਾਰ ਕੰਮ ਕਾਜ ਜਾਂ ਨੌਕਰੀਆਂ ਵੀ ਤਲਾਕ ਦਾ ਕਾਰਨ ਬਣਦੀਆਂ ਨੇ। ਮੇਰੇ ਮਨ ਵਿੱਚ ਆਉਂਦਾ ਕਿ ਮੇਰੇ ਮੰਮੀ ਡੈਡੀ ਦਾ ਇਹੋ ਜਿਹਾ ਕੋਈ ਰੌਲਾ ਰੱਪਾ ਨਹੀਂ ਸੀ, ਬਸ
ਸਭ ਕੁਝ ਠੀਕ ਸੀ, ਬਸ ਮੇਰੀ ਨਾਨੀ ਨੂੰ ਜਵਾਈ ਪਸੰਦ ਨਹੀਂ ਸੀ। ਇਸੇ ਕਾਰਨ ਜਦ ਅਸੀਂ ਦੋਹੇ ਭੈਣਾਂ ਡੈਡੀ ਵਾਸਤੇ ਕੋਈ ਚੰਗੀ ਗੱਲ ਕਰਦੀਆਂ ਵੀ ਸੀ ਤਾਂ ਸਾਡੀ ਨਾਨੀ ਮੱਚ ਕੇ ਕੋਲਾ ਹੋ ਜਾਂਦੀ ਸੀ। ਮੇਰੀ ਮਾਂ ਜੇ ਤਕੜੀ ਹੁੰਦੀ, ਜੇ ਹੌਸਲਾ ਕਰਦੀ ਤਾਂ ਬਚਾਅ ਹੋ ਸਕਦਾ ਸੀ, ਪਰ ਉਹ ਕੁਝ ਨਹੀਂ ਸੀ ਬੋਲਦੀ, ਬਲਕਿ ਉਹ ਨਾਨੀ ਦੇ ਨਾਲ ਹੀ ਸੀ। ਘਰੋਂ ਕੱਢੇ ਜਾਣ ਮਗਰੋਂ ਡੈਡੀ ਨੇ ਲੁਕ ਕੇ ਸਾਨੂੰ ਦੋਹਾਂ ਭੈਣਾਂ ਨੂੰ ਮਿਲਣ ਦੀ ਕਈ ਵਾਰ ਕੋਸ਼ਿਸ਼ ਕੀਤੀ। ਉਹ ਸਾਨੂੰ ਸਕੂਲ ਤੋਂ ਆਉਂਦਿਆਂ ਜਾਂਦਿਆਂ ਦੂਰ ਖੜ੍ਹ ਕੇ ਦੇਖਦਾ ਰਹਿੰਦਾ। ਮੇਰਾ ਬਹੁਤ ਦਿਲ ਕਰਦਾ ਉਹਨਾਂ ਨੂੰ ਮਿਲਣ ਨੂੰ। ਛੋਟੀ ਇੱਕ ਦਿਨ ਭੱਜ ਕੇ ਡੈਡੀ ਕੋਲ ਚਲੀ ਗਈ। ਨਾਨੀ ਨੇ ਘਰ ਆ ਕੇ ਉਹਨੂੰ ਬਹੁਤ ਕੁੱਟਿਆ ਸੀ। ਮੈਂ ਬਹੁਤ ਡਰ ਗਈ ਸੀ। ਮੇਰਾ ਮਾਮਾ ਘਰ ਤੋਂ ਬਾਹਰ ਹੀ ਰਹਿਣ ਲੱਗ ਪਿਆ ਸੀ, ਉਹਦੇ ਚਾਲੇ ਪੁੱਠੇ ਹੀ ਸੀ, ਮਹਿੰਗੀਆਂ ਕਾਰਾਂ ਦਾ ਅਤੇ ਗੋਰੀਆਂ ਦਾ ਸ਼ੌਕੀਨ ਸੀ, ਨਸ਼ੇ ਵੀ ਕਰਦਾ ਸੀ। ਮੇਰੀ ਨਾਨੀ ਨੇ ਬਿਠਾ ਕੇ ਕਈ ਵਾਰ ਸਮਝਾਇਆ, ਪਰ ਉਹਦੇ ਕੋਈ ਅਸਰ ਨਹੀਂ ਸੀ ਹੋਇਆ। ਮਾਸੀ ਵੀ ਰੰਗੀਨ ਸੁਭਾਅ ਦੀ ਮਾਲਕ ਬਣ ਗਈ ਸੀ। ਕਹਿਣ ਨੂੰ ਤਾਂ ਉਹ PhD ਦੀ ਪੜ੍ਹਾਈ ਵਿਚਾਲੇ ਛੱਡ ਕੇ ਕਨੇਡਾ ਆਈ ਸੀ, ਪਰ ਉਹਦਾ ਮਾਨਸਿਕ ਪੱਧਰ ਤਾਂ ਅਨਪੜ੍ਹਾਂ ਵਾਲਾ ਹੀ ਸੀ। ਪੜ੍ਹਾਈ ਵਾਲਾ ਪਾਸਾ ਤਾਂ ਮਾਮੇ ਦਾ ਵੀ ਜੀਰੋ ਦੇ ਨੇੜੇ ਤੇੜੇ ਹੀ ਸੀ। ਮੇਰਾ ਮਾਮਾ ਕਿਸੇ ਹੋਰ ਪਾਸੇ ਤੁਰ ਰਿਹਾ ਸੀ ਅਤੇ ਮਾਸੀ ਕਿਸੇ ਹੋਰ ਪਾਸੇ। ਮਾਸੀ ਲੁੱਕ ਲੁੱਕ ਕੇ ਵੋਦਕਾ ਦਾ ਪੈੱਗ ਵੀ ਲਾ ਲੈਂਦੀ ਸੀ। ਇਹ ਆਦਤ ਉਹਨੂੰ ਕਦੋਂ ਅਤੇ ਕਿਵੇਂ ਪਈ ਪਤਾ ਨਹੀਂ। ਭਾਂਤ ਭਾਂਤ ਦੇ ਕੱਪੜੇ ਖਰੀਦਣਾ, 2 ਦਿਨ ਪਾਉਣਾ ਅਤੇ ਫਿਰ ਸੁੱਟ ਦੇਣਾ ਉਹਦਾ ਸ਼ੌਕ ਸੀ। ਬਿਊਟੀ ਪਾਰਲਰਾਂ 'ਤੇ ਜਾ ਕੇ ਖਰਚੇ ਕਰਨੇ ਉਹ ਮਾਣ ਸਮਝਦੀ ਸੀ। ਇਹ ਗੱਲਾਂ ਪਹਿਲਾਂ ਪਹਿਲਾਂ ਦੀਆਂ ਸਨ। ਉਸ ਤੋਂ ਮਗਰੋਂ ਤਾਂ ਉਹ ਰਾਤਾਂ ਨੂੰ ਵੀ ਘਰੋਂ ਬਾਹਰ ਹੀ ਰਹਿਣ ਲੱਗ ਪਈ ਸੀ। ਕੁਝ ਸਮੇਂ ਮਗਰੋਂ ਮੇਰਾ ਮਾਮਾ ਡਰੱਗ ਵਾਲੇ ਗੈਂਗ ਨਾਲ ਰਲ ਗਿਆ ਅਤੇ ਘਰ ਛੱਡ ਗਿਆ ਸੀ। ਫਿਰ ਪਤਾ ਲੱਗਿਆ ਕਿ ਉਸ ਨੂੰ ਕਿਸੇ ਨੇ ਮਾਰ ਦਿੱਤਾ। ਉਹਦੀ ਲਾਸ਼ ਵੀ ਨਹੀਂ ਸੀ ਲੱਭੀ। ਮੇਰੀ ਮਾਸੀ ਇੱਕ ਦਿਨ ਕੰਮ 'ਤੇ ਗਈ, ਘਰ ਵਾਪਸ ਨਾ ਆਈ। ਦੱਸਦੇ ਨੇ ਕਿ ਉਹ ਅਮਰੀਕਾ ਕਿਸੇ ਕਾਲੇ ਨਾਲ ਰਹਿੰਦੀ ਆ। ਮੈਨੂੰ ਛੋਟੀ ਦੱਸਦੀ ਸੀ ਕਿ ਹੁਣ ਤਾਂ ਨਾਨੀ ਨਿੱਤ ਬਿਮਾਰ ਰਹਿੰਦੀ ਆ, ਉਹਦੀ ਹਾਏ ਹਾਏ ਨੂੰ ਮੰਮੀ ਬਹੁਤ ਨਫ਼ਰਤ ਕਰਦੀ ਆ। ਹੁਣ ਤਾਂ ਮੰਮੀ ਉਸ ਨੂੰ ਕਈ ਵਾਰ ਗੰਦੀਆਂ ਗੰਦੀਆਂ ਗਾਲਾਂ ਵੀ ਕੱਢਦੀ ਆ। ਮੇਰਾ ਡੈਡੀ ਪਤਾ ਨਹੀਂ ਕਿੱਥੇ ਆ। ਮੇਰਾ ਉਸ ਨੂੰ ਮਿਲਣ ਨੂੰ ਬਹੁਤ ਦਿਲ ਕਰਦਾ। ਮੇਰਾ ਜੀ ਕਰਦਾ ਕਿ ਮੈਂ ਉਹਦੇ ਕੱਪੜਿਆਂ ਦੀ ਮਹਿਕ ਲਵਾਂ, ਉਹਦੇ ਸਖ਼ਤ ਅਤੇ ਖੁਰਦਰੇ ਹੱਥਾਂ 'ਚ ਖੇਡਦੀ ਹੋਵਾਂ। ਮੈਂ ਨਿੱਕੀ ਜਿਹੀ ਬਣ ਜਾਵਾਂ, ਤਿੱਤਲੀ ਵਰਗੀ, ਆਪਣੇ ਬਾਪੂ ਦੇ ਆਲੇ ਦੁਆਲੇ ਮੰਡਰਾਵਾਂ। ਅੰਜਲਾਂ ਤੋਂ ਚੱਲਿਆ ਆ ਰਿਹਾ ਹੱਡ ਬੀਤੀਆਂ ਅਤੇ ਜੱਗ ਬੀਤੀਆਂ ਦਾ ਯਥਾਰਥ ਮਨੁੱਖ ਲਈ ਜ਼ਿੰਦਗੀ ਦੇ ਅਸਲੀ ਨਕਸ਼ੇ ਉਲੀਕਦਾ। ਉਹਨਾਂ ਨਕਸ਼ਿਆਂ ਨੂੰ ਪੜ੍ਹਨ ਲਈ ਸੋਝੀ ਨੂੰ ਤਿੱਖੀ ਹੋਣਾ ਪੈਂਦਾ। ਜ਼ਿੰਦਗੀ ਦੇ ਨਕਸ਼ਿਆਂ ਨੂੰ ਸੋਝੀ ਨਾਲ ਵਾਚਦਿਆਂ ਹੁਣ ਕਈ ਸਾਲਾਂ ਬਾਅਦ ਮੇਰੇ ਮਨ ਦੇ ਕੁਦਰਤੀ ਫੁੱਲਾਂ ਵਿੱਚ ਅਸਲੀ ਰੰਗ ਭਰਨੇ ਸ਼ੁਰੂ ਹੋ ਗਏ ਨੇ। ਮਨ ਸੋਝੀ ਦੇ ਆਖੇ ਲੱਗਣ ਲੱਗ ਪਿਆ, ਪਰ ਕਦੇ ਕਦੇ ਮਨ ਦੇ ਕਿਸੇ ਖੁੰਝੇ ਵਿੱਚ ਉੱਗਿਆ ਕਾਲੀ ਰਾਤ ਦੇ ਰੰਗ ਵਰਗਾ ਫੁੱਲ ਚੀਕ ਪੈਂਦਾ ਕਿ ਜੇ ਕਿਤੇ ਇਸ ਕੁੜੀ ਦੀ ਜ਼ਿੰਦਗੀ ਵੀ ਇਹਦੇ ਜੰਮਣ ਵਾਲਿਆਂ ਵਾਂਗ ਉਸੇ ਵੇਲੇ ਦੂਜੇ ਪਾਸੇ ਹਸੀਨ ਅਤੇ ਦ੍ਰਿੜ ਵਿਚਾਰਾਂ ਦੇ ਬੁੱਕਲ ਵਿੱਚ ਖੇਡਦੀ ਮੇਰੀ ਸੋਝੀ ਮਨ ਦੇ ਬਰਾਬਰ ਖਲੋ ਜਾਂਦੀ ਹੈ ਅਤੇ ਦਿਨ ਦੇ ਚਾਨਣ ਵਰਗੇ ਫੁੱਲਾਂ ਹੇਠ
ਕਾਲੇ ਫੁੱਲ ਨੂੰ ਦੱਬ ਲੈਂਦੀ ਹੈ। ਅਤੇ ਪਹਿਲਾਂ ਮੇਰੀ ਸਹੇਲੀ ਕਈ ਵਾਰ ਮੇਰੇ ਨਾਲ ਉਮਰ ਭਰ ਰਹਿਣ ਦੀਆਂ ਗੱਲਾਂ ਕਰਨ ਲੱਗ ਪੈਂਦੀ ਸੀ। ਹੁਣ ਉਸ ਨੂੰ ਮੈਂ ਸਾਫ਼ ਸਾਫ਼ ਕਹਿ ਦਿੱਤਾ ਕਿ ਕੁੜੀ ਨੂੰ ਮੁੰਡੇ ਦੇ ਸਾਥ ਦੀ ਲੋੜ ਹੁੰਦੀ ਹੈ। ਵਿਆਹ ਇੱਕ ਕੁੜੀ ਅਤੇ ਮੁੰਡੇ ਦਾ ਹੀ ਹੋਣਾ ਚਾਹੀਦਾ ਜੋ ਕੁਦਰਤ ਦਾ ਨਿਯਮ ਹੈ। ਅਜਿਹੇ ਬਹੁਤ ਪੇਕੇ ਹੁੰਦੇ ਨੇ ਜੋ ਆਪਣੀਆਂ ਧੀਆਂ ਦੇ ਘਰ ਆਪ ਉਜਾੜ ਦਿੰਦੇ ਨੇ। ਤੁਸੀਂ ਅਜਿਹੇ ਪੇਕਿਆਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ? ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ। ਤਦ ਤੱਕ ਆਪਣਾ ਅਤੇ ਆਪਣਿਆਂ ਦਾ ਖਿਆਲ ਰੱਖਿਓ ਜੀ। ਪੰਜਾਬੀ ਆਵਾਜ਼ ਕਹਾਣੀ ਨੂੰ ਆਪਣਾ ਕੀਮਤੀ ਵਕਤ ਦੇਣ ਲਈ ਤੁਹਾਡਾ ਧੰਨਵਾਦ ਜੀ।